ਉਹਨਾਂ ਦੇ ਹੱਥ ਦੇ ਵਿੱਚ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਦਿਵਾਉਣ ਦੇ ਲਈ ਇੱਕ ਬੈਨਰ ਫੜੇ ਹੋਏ ਨੇ, ਪੋਸਟਰ ਫੜੇ ਹੋਏ ਨੇ, ਜਿਨ੍ਹਾਂ ਉੱਤੇ ਲਿਖਿਆ ਹੋਇਆ ਹੁਣ ਤੱਕ ਪਰਲੋ ਆ ਜਾਂਦੀ, ਜੇ ਕਿਸੇ ਲੀਡਰ ਦਾ ਪੁੱਤ ਮਰਦਾ ਫੜ ਟੱਬਰ ਕਾਤਲ ਦਾ, ਜੇਲ੍ਹ 'ਚ ਡੱਕ ਕੇ ਡੰਡਾ ਵਰਦਾ। ਜਦ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਜਿਵੇਂ ਵੀ ਉਹ ਸਾਨੂੰ ਕਹਿਣਗੇ ਅਸੀਂ ਕਰਾਂਗੇ, ਜੇ ਉਹ ਪ੍ਰੋਟੈਸਟ ਕਰਨ ਨੂੰ ਕਹਿਣਗੇ, ਧਰਨਾ ਲਾਉਣ ਨੂੰ ਵੀ ਕਹਾਂਗੇ, ਅਸੀਂ ਉੱਥੇ ਵੀ ਜਾਵਾਂਗੇ। ਸਾਡਾ ਤਾਂ ਹੁਣ ਇਹ ਆ ਵੀ ਜਦੋਂ ਤੱਕ ਸਾਡੇ ਜਾਨ ਹੈਗੀ ਆ, ਇਹਦਾ ਨਾਮ ਸਾਡੇ ਦਿਲ 'ਚ ਅਤੇ ਸਾਡੀ ਜ਼ਿੰਦਗੀ 'ਚ ਰਹੂਗਾ। ਦੇਖੋ ਜੀ, ਇਹ ਤਾਂ ਸਭ ਨੂੰ ਪਤਾ, ਸਰਕਾਰ ਦੀ ਮਿਲੀ ਭੁਗਤ ਆ। ਬਲਤੇਜ ਬੰਨੂ ਭਗਵੰਤ ਮਾਨ ਦਾ ਬੰਦਾ ਆ, ਉਹਨੇ ਦੀ ਇਨਫੋਰਮੇਸ਼ਨ ਲੀਕ ਕੀਤੀ ਸੀਗੀ, ਉਹਦੇ ਹੁਣ ਤੱਕ ਨਹੀਂ ਕਾਰਵਾਈ ਹੋਈ। ਕੀਤਾ ਕੀ ਆ ਜਵਾਨੀ ਲਈ, ਕੀਤਾ ਕੀ ਆ, ਵਾਅਦੇ ਤਾਂ ਬਹੁਤ ਵੱਡੇ ਵੱਡੇ ਕਰੇ ਨੇ, ਪਰ ਜਵਾਨੀ ਡੁੱਬਤੀ। ਅਸੀਂ ਤਾਂ ਇਹੀ ਕਹਾਂਗੇ, ਜਿਹੜਾ ਅੱਜ ਦਾ ਪੰਜਾਬ ਹੈ ਡੁੱਬਦਾ ਪੰਜਾਬ ਆ, ਚੜ੍ਹਦਾ ਪੰਜਾਬ ਨਹੀਂ ਹੈਗਾ, ਇਹ ਸਾਡਾ ਡੁੱਬਦਾ ਪੰਜਾਬ ਹੈ। ਮੂਸੇ ਵਾਲੇ ਦੇ ਮਾਤਾ ਪਿਤਾ ਨੂੰ ਕਿੱਦਾਂ ਦੇਖਦੇ ਹੋ? ਥਾਂ ਥਾਂ ਦੇ ਭਟਕਦੇ ਨਜ਼ਰ ਆ ਰਹੇ ਨੇ, ਕਦੇ ਕਿਤੇ ਇਨਸਾਫ ਦੀ ਗੁਹਾਰ ਲਗਾਉਂਦੇ ਨੇ, ਕਦੇ ਉਹਨਾਂ ਨੂੰ ਵੀ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਦੀਆਂ ਨੇ, ਕਿੱਦਾਂ ਦੇਖਦੇ? ਦੇਖੋ ਜੀ, ਮੇਰੇ ਦਾਦੀ ਜੀ ਨੇ, ਘਰੇ ਬਜ਼ੁਰਗ ਨੇ, ਅਤੇ ਉਹਨਾਂ ਨੂੰ ਵੀ ਜਦੋਂ ਵੀ ਉਹ ਖਬਰ ਦੇਖਦੇ ਨੇ ਨਾ, ਮਾਂ ਨੂੰ ਦੇਖਦੇ ਨੇ, ਟੀ ਵੀ ਤੋਂ ਕੁਛ ਵੀ ਦੇਖਦੇ ਨੇ, ਤਾਂ ਉਹਨਾਂ ਦੀ ਅੱਖਾਂ 'ਚ ਪਾਣੀ ਆ ਜਾਂਦਾ। ਉਹ ਕਹਿੰਦੇ ਨੇ ਵੀ ਇਸ ਤੋਂ ਮਾੜੀ ਕਿਸਮਤ ਨਹੀਂ ਹੋ ਸਕਦੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਅਤੇ ਮੈਂ ਹਾਂ ਦੀਪਕ ਚਾਨਣਾ। ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੀ ਗੱਲ ਕਰੀਏ ਤਾਂ ਆਉਣ ਵਾਲੀ 29 ਤਰੀਕ ਨੂੰ ਸਿੱਧੂ ਮੂਸੇ ਵਾਲੇ ਦਾ ਕਤਲ ਹੋਏ ਨੂੰ 1 ਸਾਲ ਹੋ ਜਾਣਾ, ਪਰ ਹਜੇ ਤੱਕ ਵੀ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਨੂੰ ਆਪਣੇ ਪੁੱਤ ਦੀ ਮੌਤ ਦਾ ਇਨਸਾਫ ਨਹੀਂ ਮਿਲਿਆ। ਥਾਂ ਥਾਂ ਦੇ ਉੱਤੇ ਉਹਦੇ ਮਾਤਾ ਪਿਤਾ ਧੱਕੇ ਖਾ ਰਹੇ ਨੇ, ਪਰ ਕਾਤਲ ਨੇ, ਜਿਹੜੇ ਅਸਲੀ ਕਾਤਲ ਨੇ, ਬੇਸ਼ੱਕ ਪੰਜਾਬ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਾਫੀ ਜਣਿਆਂ ਨੂੰ ਗ੍ਰਿਫਤਾਰੀਆਂ ਵੀ ਕਰ ਲਿੱਤੀਆਂ ਗਈਆਂ ਨੇ, ਪਰ ਅਸਲੀ ਕਾਤਲ ਹਜੇ ਵੀ ਫਰਾਰ ਦੱਸੇ ਜਾ ਰਹੇ ਨੇ। ਇਹ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਦਾ ਕਹਿਣਾ। ਤਾਂ ਅਸੀਂ ਮਾਛੀਵਾੜਾ ਸਾਹਿਬ ਦੇ ਚੌਂਕ ਦੇ ਵਿੱਚ ਮੌਜੂਦ ਹਾਂ, ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇੱਕ ਛੋਟੇ ਬੱਚੇ ਕਹਿ ਸਕਦੇ ਹੋ, ਜਾਂ ਉਹਨਾਂ ਦੇ ਹੱਥ ਦੇ ਵਿੱਚ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਦਿਵਾਉਣ ਦੇ ਲਈ ਇੱਕ ਬੈਨਰ ਫੜੇ ਹੋਏ ਨੇ, ਪੋਸਟਰ ਫੜੇ ਹੋਏ ਨੇ, ਜਿਨ੍ਹਾਂ ਉੱਤੇ ਲਿਖਿਆ ਹੋਇਆ ਹੁਣ ਤੱਕ ਪਰਲੋ ਆ ਜਾਂਦੀ, ਜੇ ਕਿਸੇ ਲੀਡਰ ਦਾ ਪੁੱਤ ਮਰਦਾ ਫੜ ਟੱਬਰ ਕਾਤਲ ਦਾ, ਜੇਲ੍ਹ 'ਚ ਡੱਕ ਕੇ ਡੰਡਾ ਵਰਦਾ। ਸਿੱਧੂ ਦਿਲ ਦਾ ਨਹੀਂ ਮਾੜਾ, ਜਬ ਤੱਕ ਸੂਰਜ ਚਾਂਦ ਰਹੇਗਾ ਸਿੱਧੂ ਬਾਈ ਕਾ ਨਾਮ ਰਹੇਗਾ। ਦੇਖ ਸਕਦੇ ਹੋ ਤਸਵੀਰਾਂ ਦੇ ਉੱਤੇ ਵਿੱਚ ਸਿੱਧੂ ਮੂਸੇ ਵਾਲੇ ਦੀਆਂ ਤਸਵੀਰਾਂ, ਉਹਦੇ ਮਾਂ ਬਾਪ ਦੇ ਨਾਲ ਵੀ ਸਾਂਝੀਆਂ ਕੀਤੀਆਂ ਹੋਈਆਂ ਨੇ। ਜਸਟਿਸ ਫੋਰ ਸਿੱਧੂ ਮੂਸੇ ਵਾਲਾ, ਲੈਜੈਂਡ ਨੈਵਰ ਡਾਈ। ਸਿੱਧੂ ਮੂਸੇ ਵਾਲੇ ਦੇ ਪਰਿਵਾਰਿਕ ਮੈਂਬਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ, ਚਾਹੇ ਆਪਾਂ ਗੱਲ ਕਰੀਏ ਮੁੰਡੇ ਹੋਣ ਚਾਹੇ ਉਹ ਕੁੜੀਆਂ ਹੋਣ, ਤਾਂ ਚੌਂਕ ਦੇ ਵਿੱਚ ਬੈਨਰ ਲੈ ਕੇ ਖੜੇ ਨੇ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਦਿਵਾਉਣ ਦੇ ਲਈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਦਿਵਾਉਣ ਦੇ ਲਈ, ਇਹਨਾਂ ਨੌਜਵਾਨਾਂ ਵੱਲੋਂ, ਮੁੰਡਿਆਂ ਅਤੇ ਕੁੜੀਆਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ। ਗੱਲਬਾਤ ਵੀ ਕਰ ਲੈਂਦੇ ਹਾਂ ਬਾਈ ਉਹਨਾਂ ਨਾਲ। ਬਾਈ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਮਨ ਰਾਜਗੜਾ ਜੀ, ਅਤੇ ਮੇਰਾ ਪਿੰਡ ਰਾਜਗੜਾ ਮਛਵਾੜਾ ਸਾਹਿਬ ਤੋਂ 5 ਕਿਲੋਮੀਟਰ 'ਤੇ। ਬਾਈ ਜੀ, ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ, ਜਸਟਿਸ ਫੋਰ ਸਿੱਧੂ ਮੂਸੇ ਵਾਲਾ ਲਿਖਿਆ ਹੋਇਆ, ਸਿੱਧੂ ਮੂਸੇ ਵਾਲੇ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ। 1 ਸਾਲ ਦੇ ਕਰੀਬ ਹੋਣ ਵਾਲਾ ਬਾਈ ਦੀ ਮੌਤ ਨੂੰ, ਕਤਲ ਨੂੰ, ਹਜੇ ਤੱਕ ਇਨਸਾਫ ਨਹੀਂ ਮਿਲਿਆ, ਕਿ ਇਨਸਾਫ ਕਰਕੇ ਖੜੇ ਹੋ ਤੁਸੀਂ? ਹਾਂਜੀ ਬਿਲਕੁਲ ਜੀ, ਜਦ ਤੱਕ ਇਨਸਾਫ ਨਹੀਂ ਮਿਲਦਾ, ਜਿਵੇਂ ਵੀ ਹੋ ਸਕਿਆ ਅਸੀਂ ਉਹਨਾਂ ਦੇ ਘਰਦਿਆਂ ਦੇ ਨਾਲ ਹਾਂ, ਜਦ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਜਿਵੇਂ ਵੀ ਉਹ ਸਾਨੂੰ ਕਹਿਣਗੇ ਅਸੀਂ ਕਰਾਂਗੇ, ਜੇ ਉਹ ਪ੍ਰੋਟੈਸਟ ਕਰਨ ਨੂੰ ਕਹਿਣਗੇ, ਧਰਨਾ ਲਾਉਣ ਨੂੰ ਵੀ ਕਹਾਂਗੇ, ਅਸੀਂ ਉੱਥੇ ਵੀ ਜਾਵਾਂਗੇ, ਅਸੀਂ ਉਹਨਾਂ ਦੇ ਨਾਲ। ਕਿੰਨੇ ਕੁ ਦਿਨ ਤੁਹਾਨੂੰ ਹੋ ਗਏ ਹੋਏ ਨੇ ਇੱਦਾਂ ਹੀ ਚੌਂਕ ਦੇ ਵਿੱਚ ਖੜਿਆਂ ਨੂੰ, ਅਤੇ ਕਿੰਨੇ ਕੁ ਸਮੇਂ ਇੱਥੇ ਖੜਦੇ ਹੋ ਜਾਂ ਕਿੱਦਾਂ ਕੀ? ਅਸੀਂ ਪਹਿਲਾਂ ਵੀ ਉਹਨਾਂ ਦੇ ਜਿੱਦਾਂ ਕਹਿਣ 'ਤੇ ਪਹਿਲਾਂ ਵੀ ਮਛਵਾੜਾ ਸਾਹਿਬ 'ਚ 2 ਕੈਂਡਲ ਮਾਰਚ ਕੱਢੇ ਸੀਗੇ ਸਿੱਧੂ ਮੂਸੇ ਵਾਲੇ ਦੇ, ਪਰ ਹੁਣ ਅਸੀਂ ਬਿਨਾਂ ਕਿਸੇ ਦੇ ਕਹਿਣ ਤੋਂ ਅਸੀਂ ਸਾਡੇ ਅੰਦਰ ਸੀਗੀ ਜੋ ਵੀ ਵੀਰਲੀ ਰਿਸਪੈਕਟ ਸੀਗੀ, ਅਸੀਂ ਅੱਜ ਸਾਡਾ ਦੂਜਾ ਦਿਨ ਆ, ਅਸੀਂ 3 ਵਜੇ ਤੋਂ 6:30-7 ਵਜੇ ਤੱਕ ਉਰੇ ਖੜਦੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ, ਕਿਉਂਕਿ ਅਸੀਂ ਸਾਰੇ ਮੇਰੇ ਕਜ਼ਨ ਨੇ, ਅਸੀਂ ਕੋਈ ਫੈਮਿਲੀ ਤੋਂ ਬਿਲੋਂਗ ਕਰਦੇ, ਸਾਰੇ ਕਜ਼ਨ ਆ ਅਸੀਂ। ਅਸੀਂ ਸੋਚਿਆ ਵੀ ਅਸੀਂ ਹਵੇਲੀ ਤਾਂ ਨਹੀਂ ਜਾ ਸਕਦੇ, ਉਹਨਾਂ ਦੇ ਮਾਂ ਬਾਪ ਨੂੰ ਮਿਲ ਸਕਦੇ, ਤਾਂ ਅਸੀਂ ਇੱਕ ਤਰ੍ਹਾਂ ਦਾ ਟ੍ਰਿਬਿਊਟ ਦੇ ਰਹੇ ਹਾਂ, 29 ਤਰੀਕ ਤੱਕ ਅਸੀਂ ਇੱਥੇ ਖੜਾਂਗੇ। ਦੇਖੀਏ ਬਾਈ, ਤੁਸੀਂ ਪੜ੍ਹਦੇ ਹੋ, ਕੀ ਕਰਦੇ ਹੋ ਨਾਲ, ਸਟੱਡੀ ਵਗੈਰਾ ਕਰਦੇ ਹੋ? ਹਾਂਜੀ, ਮੇਰੀ ਸਟੱਡੀ ਵੀ ਆ, ਅਤੇ ਮੈਂ ਫਾਰਮਰ ਵੀ ਆ, ਖੇਤੀ ਵੀ ਕਰਦਾ ਹਾਂ, ਅਤੇ ਬਾਕੀ ਸਾਰੇ ਆ ਪੜ੍ਹਦੇ ਨੇ, ਉਹ ਛੋਟੇ ਨੇ ਉਹ ਵੀ ਪੜ੍ਹਦੇ ਨੇ, ਇਹ ਸਕੂਲੋਂ ਆਉਂਦੇ ਨੇ, ਤਾਂ ਕਰਕੇ ਅਸੀਂ 3 ਵਜੇ ਤੋਂ ਫਿਰ 6:30-7 ਵਜੇ ਤੱਕ ਉਰੇ ਖੜ੍ਹਦੇ ਹਾਂ। ਕਦੋਂ ਤੱਕ ਇੱਦਾਂ ਹੀ ਚੌਂਕਾਂ ਦੇ ਵਿੱਚ ਤੁਸੀਂ ਖੜੇ ਰਹੋਗੇ ਇਨਸਾਫ ਦਿਵਾਉਣ ਦੇ ਲਈ? ਜਦੋਂ ਤੱਕ ਇਨਸਾਫ ਨਹੀਂ ਮਿਲਦਾ, ਜਦੋਂ ਤੱਕ, ਮਤਲਬ ਕਿ ਸਾਡਾ ਤਾਂ ਹੁਣ ਇਹ ਆ ਵੀ ਜਦੋਂ ਤੱਕ ਸਾਡੇ ਜਾਨ ਹੈਗੀ ਆ, ਇਹਦਾ ਨਾਮ ਸਾਡੇ ਦਿਲ 'ਚ ਅਤੇ ਸਾਡੀ ਜ਼ਿੰਦਗੀ 'ਚ ਰਹੂਗਾ।
ਆਉਣ ਵਾਲੇ ਸਮੇਂ 'ਚ ਅਸੀਂ ਜਿਵੇਂ ਵੀ ਕੋਈ ਹੋਊਗਾ ਅਸੀਂ ਦੱਸਿਆ ਕਰਾਂਗੇ, ਸਾਡਾ ਜਿਹੜਾ ਇਤਿਹਾਸ ਹੈਗਾ ਉਹ ਤਾਂ ਹੈਗਾ ਹੀ ਹੈ, ਇਤਿਹਾਸ ਦੇ ਨਾਲ ਨਾਲ ਇਸ ਬੰਦੇ ਦਾ ਜ਼ਿਕਰ ਜ਼ਰੂਰ ਹੋਇਆ ਕਰੂਗਾ। ਕੀ ਕਾਰਨ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਹੁਣ ਤੱਕ 1 ਸਾਲ ਦੇ ਕਰੀਬ ਹੋ ਚੱਲਿਆ ਕਤਲ ਹੋਏ ਨੂੰ ਸਿੱਧੂ ਮੂਸੇਵਾਲੇ ਦਾ, ਇਨਸਾਫ਼ ਕਿਉਂ ਨਹੀਂ ਮਿਲ ਰਿਹਾ? ਦੇਖੋ ਜੀ, ਇਹ ਤਾਂ ਸਭ ਨੂੰ ਪਤਾ, ਸਰਕਾਰ ਦੀ ਮਿਲੀ ਭੁਗਤਾਂ ਬਲਤੇਜ ਬੰਨੂ ਭਗਵੰਤ ਮਾਨ ਦਾ ਬੰਦਾ ਆ, ਉਹਨੇ ਦੀ ਇਨਫੋਰਮੇਸ਼ਨ ਲੀਕ ਕੀਤੀ ਸੀਗੀ, ਉਹਦੇ ਹੁਣ ਤੱਕ ਨਹੀਂ ਕਾਰਵਾਈ ਹੋਈ। ਜੇ ਇਨਸਾਫ਼ ਮਿਲੂਗਾ ਤਾਂ ਆਪ ਅੰਦਰ ਜਾਣਗੇ, ਇਨਸਾਫ਼ ਤਾਂ ਹੀ ਨਹੀਂ ਮਿਲ ਰਿਹਾ। ਸਰਕਾਰ ਨੇ ਮਿਲ ਕੇ ਤਾਂ ਮਰਾਇਆ ਵਾ, ਪੰਜਾਬ ਦਾ ਬੇੜਾ ਕਰਕੇ ਕੀਤਾ ਜਦੋਂ ਦੀ ਸਰਕਾਰ ਆਈ ਆ। ਕੀਤਾ ਕੀ ਆ ਜਵਾਨੀ ਲਈ, ਕੀਤਾ ਕੀ ਆ, ਵਾਅਦੇ ਤਾਂ ਬਹੁਤ ਵੱਡੇ ਵੱਡੇ ਕਰੇ ਨੇ, ਪਰ ਜਵਾਨੀ ਡੁੱਬਤੀ। ਅਸੀਂ ਤਾਂ ਇਹੀ ਕਹਾਂਗੇ, ਜਿਹੜਾ ਅੱਜ ਦਾ ਪੰਜਾਬ ਹੈ ਡੁੱਬਦਾ ਪੰਜਾਬ ਆ, ਚੜ੍ਹਦਾ ਪੰਜਾਬ ਨਹੀਂ ਹੈਗਾ, ਇਹ ਸਾਡਾ ਡੁੱਬਦਾ ਪੰਜਾਬ ਹੈ। ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਕਿੱਦਾਂ ਦੇਖਦੇ ਹੋ? ਥਾਂ ਥਾਂ ਦੇ ਭਟਕਦੇ ਨਜ਼ਰ ਆ ਰਹੇ ਨੇ, ਕਦੇ ਕਿਤੇ ਇਨਸਾਫ਼ ਦੀ ਗੁਹਾਰ ਲਗਾਉਂਦੇ ਨੇ, ਕਦੇ ਉਹਨਾਂ ਨੂੰ ਵੀ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਦੀਆਂ ਨੇ, ਕਿੱਦਾਂ ਦੇਖਦੇ? ਦੇਖੋ ਜੀ, ਮੇਰੇ ਦਾਦੀ ਜੀ ਨੇ ਘਰੇ ਬਜ਼ੁਰਗ ਨੇ, ਤੇ ਉਹਨਾਂ ਨੂੰ ਵੀ ਜਦੋਂ ਵੀ ਉਹ ਖਬਰ ਦੇਖਦੇ ਨੇ ਨਾ, ਮਾਂ ਨੂੰ ਦੇਖਦੇ ਨੇ ਟੀਵੀ ਤੋਂ ਕੁਝ ਵੀ ਦੇਖਦੇ ਨੇ, ਤਾਂ ਉਹਨਾਂ ਦੀ ਅੱਖਾਂ 'ਚ ਪਾਣੀ ਆ ਜਾਂਦਾ। ਉਹ ਕਹਿੰਦੇ ਨੇ ਵੀ ਇਸ ਤੋਂ ਮਾੜੀ ਕਿਸਮਤ ਨਹੀਂ ਹੋ ਸਕਦੀ, ਵੀ ਕਿੱਥੇ ਉਹ ਗੱਡੀਆਂ 'ਚ ਹੁੰਦੇ ਸੀਗੇ, ਉਹਦੇ ਹੁੰਦੇ ਹੋਏ ਵੀ ਮਤਲਬ ਐਸ਼ ਕਰਦੇ ਸੀਗੇ, ਉਹ ਇੱਕ ਤਰ੍ਹਾਂ ਦਾ ਮਤਲਬ ਕਿ ਰਾਜਿਆਂ ਵਾਂਗੂ ਰਹਿ ਰਹੇ ਸੀ, ਅੱਜ ਜਿੱਥੇ ਉਹਨਾਂ ਨੂੰ ਧੱਕੇ ਖਾਣੇ ਪੈ ਰਹੇ ਨੇ। ਉਹ ਮਾਤਾ ਜੀ ਉਹ ਤਾਂ ਕਹਿੰਦੇ ਨੇ ਕਿ ਉਹ ਹੁਣ ਵੀ 38 ਸਾਲ ਦਾ ਹੋ ਗਿਆ ਸੀਗਾ, 28-39 ਸਾਲ ਦਾ, ਉਹਨੇ ਅੱਜ ਤੱਕ ਸਾਨੂੰ ਉਹਨਾਂ ਨੂੰ ਜਮਾਂ ਵੀ ਤਕਲੀਫ ਨਹੀਂ ਸੀ ਦਿੱਤੀ, ਪਰ ਅੱਜ ਉਹ ਵੀਰ ਦੇ ਇਨਸਾਫ਼ ਕਰਕੇ ਉਹਨਾਂ ਨੂੰ ਦਰ ਦਰ ਭਟਕਣਾ ਪੈ ਰਿਹਾ, ਲੋਕਾਂ ਦੇ ਦਰ 'ਚ ਜਾ ਕੇ ਇਨਸਾਫ਼ ਮੰਗਣਾ ਪੈ ਰਿਹਾ ਵਾ। ਤੁਹਾਡੇ ਨਾਲ ਇੱਥੇ ਤੁਸੀਂ ਜਿਵੇਂ ਦੱਸਿਆ ਕਿ ਫੈਮਿਲੀ ਦੇ ਮੈਂਬਰ ਖੜੇ ਆ, ਕੋਈ ਹੋਰ ਖੜਨਾ ਚਾਹੇ ਖੜ ਸਕਦਾ ਜਾਂ ਕਿੱਦਾਂ? ਨਹੀਂ, ਹਾਂਜੀ ਬਿਲਕੁਲ ਬਿਲਕੁਲ, ਅਸੀਂ ਕਿਸੇ ਗਰੁੱਪ ਨਹੀਂ ਹੈਗਾ, ਸਾਡਾ ਕੋਈ ਗਰੁੱਪ ਨਹੀਂ, ਜਾਂ ਸਾਨੂੰ ਕਿਸੇ ਕਹਿਣ ਤਾਂ ਨਹੀਂ ਖੜੇ, ਅਸੀਂ ਸਾਡੇ ਅੰਦਰ ਇਨਸਾਨੀਅਤ ਸੀਗੀ, ਜ਼ਮੀਰ ਜਾਗਦੀ ਅਸੀਂ ਖੜੇ ਹਾਂ, ਜਿਹਦੇ ਅੰਦਰ ਵੀਰ ਲਈ ਰਿਸਪੈਕਟ ਹੈਗੀ ਆ, ਜਾਂ ਜ਼ਮੀਰ ਜਾਗਦੀ ਆ, ਜਿਹੜਾ ਜਿਹਨੂੰ ਪਤਾ ਆ ਵੀ ਹਾਂ, ਕਿਉਂਕਿ ਸਾਡੇ ਪੰਜਾਬ ਵਾਸਤੇ ਆਉਣ ਵਾਲੀ ਜਵਾਨੀ ਵਾਸਤੇ ਬਹੁਤ ਕੁਝ ਸੋਚਿਆ ਸੀ ਵੀਰ ਨੇ, ਜਿਹਦੇ ਅੰਦਰ ਜ਼ਮੀਰ ਜਾਗਦੀ ਹੋਊਗੀ ਸਾਨੂੰ ਆ ਕੇ ਜੁਆਇਨ ਕਰ ਸਕਦਾ ਆ। ਜਿਹੜੇ ਲੋਕ ਹਜੇ ਵੀ ਉਸਨੂੰ ਉਸਦਾ ਸਾਥ ਨਹੀਂ ਦੇ ਰਹੇ, ਉਹਦੇ ਮਾਂ ਪਿਓ ਦਾ ਸਾਥ ਨਹੀਂ ਦੇ ਰਹੇ, ਸਿੱਧੂ ਬਾਈ ਲਈ ਕੁਝ ਕਰ ਨਹੀਂ ਰਹੇ ਹੈਗੇ, ਕੈਂਡਲ ਮਾਰਚ ਨਹੀਂ ਕੱਢ ਲਏ, ਜਾਂ ਉਹਨਾਂ ਦੀ ਸਪੋਰਟ ਨਹੀਂ ਕਰ ਰਹੇ, ਉਹਨਾਂ ਨੂੰ ਤੁਹਾਡੀ ਕੀ ਅਪੀਲ ਹੈ, ਕੀ ਕਹਿਣਾ? ਮੈਂ ਤਾਂ ਉਹਨਾਂ ਨੂੰ ਰਿਸਪੈਕਟ ਕਰ ਰਿਕੁਐਸਟ ਹੀ ਕਰਦਾ ਹਾਂ ਕਿ ਵੀਰੇ ਵੀ ਮਤਲਬ ਕਿ ਸਾਥ ਦਿਓ, ਇਹ ਕਿਸੇ ਨਾਲ ਵੀ ਹੋ ਸਕਦਾ ਵਾ, ਕਿਉਂਕਿ ਪੂਰੇ ਪੰਜਾਬ ਤੋਂ, ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਜਿਹਨਾਂ ਦੇਸ਼ਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਪੰਜਾਬ ਵੀ ਹੈਗਾ ਕੁਛ, ਇੱਕ ਵੀ ਸਿੱਧੂ ਕਰਕੇ ਉਹਨਾਂ ਨੇ ਸਰਚਾਂ ਮਾਰੀਆਂ ਵੀ ਪੰਜਾਬ ਦਾ ਰਹਿਣ ਵਾਲੇ ਵੀ ਜਿਹਦੇ ਸਿਰ ਤੇ ਪੱਗ ਆ, ਕੌਣ ਆ ਉਹ, ਕੀ ਸੀਗਾ, ਕੀ ਹੋ ਗਿਆ ਉਹਨੂੰ, ਹਨਾ, ਤੇ ਜਿਹੜਾ ਇੰਨਾ ਕੁਛ ਕਰ ਸਕਦਾ ਪੰਜਾਬ ਲਈ, ਸਾਡੇ ਆਉਣ ਵਾਲੀ ਪੀੜ੍ਹੀ ਲਈ ਸੋਚਦਾ ਸੀ ਕਿ ਯਾਰ ਉਹਦੇ ਲਈ ਅਸੀਂ ਇੰਨਾ ਵੀ ਨਹੀਂ ਕਰ ਸਕਦੇ। ਮੇਰੇ ਤਾਂ ਰਿਕੁਐਸਟ ਆ ਉਹਨਾਂ ਨੂੰ ਕਿ ਆਓ ਘਰੋਂ ਬਾਹਰ ਨਿਕਲੋ, ਹੋਰ ਨਹੀਂ ਤਾਂ ਸਹੀ ਮਤਲਬ 29 ਤਰੀਕ ਤੱਕ ਤਾਂ ਸਾਡਾ ਸਾਥ ਦਿਓ ਆ ਕੇ। 29 ਮਈ ਤੱਕ ਤੁਸੀਂ ਇੱਦਾਂ ਹੀ ਖੜੇ ਰਹੋਗੇ? 29 ਮਈ ਨੂੰ 1 ਸਾਲ ਹੋ ਜਾਣਾ ਬਾਈ ਦੇ ਕਤਲ। ਹਾਂਜੀ ਬਿਲਕੁਲ, ਅਸੀਂ 29 ਮਈ ਤੱਕ ਟ੍ਰਿਬਿਊਟ ਹੀ ਦੇ ਰਹੇ ਹਾਂ, ਮਤਲਬ ਕਿ ਦਿਲ ਤਾਂ ਸਾਡਾ ਕਰਦਾ ਕਿ ਅਸੀਂ ਹਰ ਰੋਜ਼ ਹੀ ਖੜੀਏ, ਪਰ ਜਿੱਦਾਂ ਕਿ ਇਹਨਾਂ ਦੀ ਪੜ੍ਹਾਈ ਦੇ ਨਾਲ ਨਾਲ ਵੀ ਆ, ਅਸੀਂ ਇੱਕ ਤਰ੍ਹਾਂ ਦਾ ਟ੍ਰਿਬਿਊਟ ਦੇਣ ਲਈ ਆ, ਸਾਡਾ ਦੂਜਾ ਦਿਨ ਆ, ਤੇ ਅਸੀਂ 29 ਤਰੀਕ ਤੱਕ ਖੜਾਂਗੇ। ਕਿਤੇ ਨਾ ਕਿਤੇ ਬਾਈ ਜਾ ਕੇ ਦੇਖੀਏ, ਧੁੱਪ ਬਹੁਤ ਹੈ, ਗਰਮੀ ਦੇ ਦਿਨ ਨੇ, ਗਰਮੀ 'ਚ ਹੀ ਖੜੇ। ਹਾਂਜੀ ਬਸ ਰਿਸਪੈਕਟ ਹੈ ਜੀ, ਕੋਈ ਗੱਲ ਨਹੀਂ, ਗਰਮੀ ਹੋਵੇ ਜਾਂ ਹਨੇਰੀ ਤੂਫਾਨ ਆਵੇ, ਕੋਈ ਚੱਕਰ ਨਹੀਂ, ਸਾਨੂੰ ਅਸੀਂ ਖੜਾਂਗੇ। ਤਾਂ ਬਿਲਕੁਲ ਅਸੀਂ ਗੱਲਬਾਤ ਕੀਤੀ ਇੱਥੇ ਬਾਈ ਉਹਨਾਂ ਨਾਲ, ਦੇਖ ਸਕਦੇ ਹੋ ਤਸਵੀਰਾਂ 'ਚ, ਇੱਥੇ ਗਰਲਸ ਵੀ ਮੌਜੂਦ ਨੇ, ਕੁੜੀਆਂ ਵੀ ਹੱਥ ਦੇ ਵਿੱਚ ਬੈਨਰ ਲੈ ਕੇ ਸਿੱਧੂ ਮੂਸੇਵਾਲੇ ਨੂੰ ਇਨਸਾਫ਼ ਦਿਵਾਉਣ ਦੇ ਲਈ ਖੜੀਆਂ ਨੇ। ਗੱਲਬਾਤ ਕਰ ਲੈਂਦੇ ਹਾਂ, ਕੀ ਨਾਮ ਹੈ ਤੁਹਾਡਾ? ਜਸ਼ਨਪ੍ਰੀਤ ਕੌਰ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਸਰ ਮੈਂ +2 'ਚ ਪੜ੍ਹਦੀ ਹਾਂ। ਸਿੱਧੂ ਮੂਸੇਵਾਲੇ ਨੂੰ ਲਾਗੇ ਚੱਲੀਏ ਤਕਰੀਬਨ 1 ਸਾਲ ਦੇ ਨਜ਼ਦੀਕ ਹੋਣੇ ਵਾਲਾ ਉਸਦਾ ਕਤਲ ਹੋਏ ਨੂੰ, ਇਨਸਾਫ਼ ਨਹੀਂ ਮਿਲਿਆ, ਤੁਸੀਂ ਇਨਸਾਫ਼ ਦੀ ਮੰਗ ਕਰਨ ਦੇ ਲਈ ਅੱਜ ਇੱਥੇ ਚੌਂਕਾਂ ਦੇ ਵਿੱਚ ਖੜੇ ਹੋ, ਕੀ ਕਹਿਣਾ ਚਾਹੋਗੇ? ਸਰ ਇਹੀ ਕਹਿਣਾ ਚਾਹੁੰਦੀ ਹਾਂ ਕਿ 29 ਤਰੀਕ ਆ ਰਹੀ ਆ, 1 ਸਾਲ ਪੂਰਾ ਹੋਣੇ ਵਾਲਾ, ਹਜੇ ਤੱਕ ਉਹਦੇ ਮਾਂ ਬਾਪ ਨੂੰ ਇਨਸਾਫ਼ ਨਹੀਂ ਮਿਲਿਆ, ਜਦਕਿ ਜਦੋਂ ਉਹਨਾਂ ਦੇ ਮਾਂ ਬਾਪ ਦੇ ਬਾਰੇ ਸੁਣਦੇ ਆ, ਜਦੋਂ ਕਿਤੇ ਥਾਂ ਥਾਂ ਤੇ ਜਾ ਕੇ ਬੋਲਦੇ ਆ, ਸਾਨੂੰ ਖੁਦ ਆਪ ਨੂੰ ਤਰਸ ਆਉਂਦਾ ਤੇ ਸਰਕਾਰ ਨੂੰ ਕਿਉਂ ਨਹੀਂ ਆਉਂਦਾ? ਅਸੀਂ ਬੈਨਰ ਲੈ ਕੇ ਅੱਜ ਇਹੀ ਵੀ ਦਿਖਾਉਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ, ਮਾਂ ਬਾਪ ਨੂੰ ਇਨਸਾਫ਼ ਦਿੱਤਾ ਜਾਵੇ। ਕੀ ਕਾਰਨ ਲੱਗਦਾ ਹੈ ਕਿ 1 ਸਾਲ ਦੇ ਕਰੀਬ ਹੋਣੇ ਵਾਲਾ, ਉਸਦੇ ਮਾਂ ਪਿਓ ਜਗ੍ਹਾ ਜਗ੍ਹਾ ਤੇ ਕਹਿ ਸਕਦੇ ਹਾਂ ਕਿ ਭਟਕਦੇ ਫਿਰ ਰਹੇ ਨੇ ਇਨਸਾਫ਼ ਦੇ ਲਈ, ਆਪਣੇ ਪੁੱਤ ਦੇ ਇਨਸਾਫ਼ ਲਈ, ਕਿ ਕਿਉਂ ਨਹੀਂ ਇਨਸਾਫ਼ ਮਿਲ ਰਿਹਾ ਹੈਗਾ ਤੁਹਾਨੂੰ? ਸਰ ਪਹਿਲਾਂ ਤਾਂ ਸਰਕਾਰ ਆਈ ਥਿੰਕ ਜਦੋਂ ਸਾਨੂੰ ਹੁਣ ਸੁਣ ਰਹੇ ਉਹਨਾਂ ਦੇ ਮਾਂ ਬਾਪ ਬਾਰੇ, ਅਸੀਂ ਸੁਣ ਰਹੇ, ਸਰਕਾਰ ਕਿਉਂ ਨਹੀਂ ਸੁਣ ਰਹੀ? ਉਹਨਾਂ ਤੱਕ ਵੀ ਤਾਂ ਨਿਊਜ਼ ਪਹੁੰਚਦੀਆਂ ਨੇ, ਉਹਨਾਂ ਤੱਕ ਵੀ ਸਭ ਕੁਝ ਪਤਾ ਚੱਲਦਾ ਕਿ ਉਹ ਕਿੱਦਾਂ ਤਰਸ ਰਹੇ ਆਪਣੇ ਪੁੱਤ ਨੂੰ ਯਾਦ ਕਰਕੇ, ਸਾਨੂੰ ਤਰਸ ਆ ਰਹੇ, ਉਹਨਾਂ ਨੂੰ ਕਿਉਂ ਨਹੀਂ ਆ ਰਿਹਾ? ਇਹ ਕਹਿਣਾ ਚਾਹੁੰਦੀ ਹਾਂ ਮੈਂ। ਜੇ ਦੇਖੀਏ ਤੁਹਾਡੇ ਪੇਰੈਂਟਸ ਨੂੰ, ਤੁਹਾਡੇ ਮਾਂ ਪਿਓ ਨੂੰ ਪਤਾ ਹੈ ਕਿ ਤੁਸੀਂ ਸਿੱਧੂ ਮੂਸੇਵਾਲੇ ਦੇ ਲਈ ਇੱਦਾਂ ਚੌਂਕਾਂ ਦੇ ਵਿੱਚ ਖੜੇ ਹੋਏ ਹੋ ਜਾਂ ਨਹੀਂ ਪਤਾ? ਹਾਂਜੀ ਸਰ ਬਿਲਕੁਲ ਪਤਾ ਆ। ਕੀ ਕਹਿੰਦੇ ਨੇ ਘਰਦੇ, ਰੋਕਿਆ ਨਹੀਂ ਕਰਦੇ ਨਾ ਕਿ ਨਹੀਂ ਖੜਨਾ ਜਾਂ? ਨਹੀਂ ਸਰ ਬਿਲਕੁਲ ਵੀ ਨਹੀਂ ਰੋਕਿਆ। ਕੀ ਕਿਹਾ ਉਹਨਾਂ ਨੇ? ਉਹਨਾਂ ਨੇ ਸਪੋਰਟ ਹੀ ਕੀਤੀ ਆ ਕਿ ਕੋਈ ਗੱਲ ਨਹੀਂ ਖੜੋ, ਉਹਨਾਂ ਨੂੰ ਵੀ ਪਤਾ ਆ, ਉਹ ਵੀ ਨਿਊਜ਼ ਦੇਖਦੇ, ਉਹ ਵੀ ਕਹਿੰਦੇ ਆ ਕਿ ਕਿੱਦਾਂ ਕਿਸੇ ਦਾ ਪੁੱਤ ਮਰਿਆ ਆ, ਸਾਰਿਆਂ ਨੂੰ ਪਤਾ ਹੁੰਦਾ ਆ,
ਉਹਨਾਂ ਨੂੰ ਤੁਸੀਂ ਜਾਂ ਹਰੇ ਵੀ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਅਪੀਲ? ਇਹ ਕਹਿਣਾ ਚਾਹੁੰਦੇ ਕਿ ਸਾਰੇ ਜਾਣੇ ਆਓ, ਸਾਰੇ ਆਓ, ਸਾਰੇ ਇਨਸਾਫ ਦੀ ਮੰਗ ਕਰਦੇ ਆ, ਸਾਰੇ ਇੱਥੇ ਆਉਣ, ਸਾਡੇ ਹੱਕ 'ਚ ਖੜਨ। ਜੇ 29 ਮਈ ਤੱਕ ਵੀ ਇਨਸਾਫ ਨਹੀਂ ਦਿੱਤਾ ਮਿਲਦਾ ਹੈਗਾ ਸਿੱਧੂ ਮੂਸੇਵਾਲੇ ਦੇ ਮਾਂ ਪਿਓ ਨੂੰ, ਤਾਂ ਤੁਹਾਡਾ ਅਗਲਾ ਕਦਮ ਕੀ ਹੋਊਗਾ? ਹੋਰ ਕੁਝ ਕਰੋਗੇ ਇਸ ਤੋਂ ਬਾਅਦ ਕਿ ਇਸ ਤਰ੍ਹਾਂ ਹੀ ਜਾਰੀ ਰਹੂਗਾ ਇਸ ਤੋਂ ਬਾਅਦ ਵੀ 29 ਮਈ ਤੋਂ? ਹਾਂਜੀ ਸਰ, ਇੱਦਾਂ ਹੀ ਖੜਾਂਗੇ, ਇਨਸਾਫ ਦੀ ਮੰਗ ਤਾਂ ਫਿਰ ਵੀ ਕਰਦੇ ਰਹਾਂਗੇ ਜੇ ਨਾ ਮਿਲਿਆ ਤਾਂ। ਬਿਲਕੁਲ ਜੀ, ਅਸੀਂ ਇਹਨਾਂ ਬੱਚਿਆਂ ਨਾਲ ਜਾਂ ਕਹਿ ਸਕਦੇ ਹਾਂ ਕਿ ਜਿਹੜੇ ਇੱਥੇ ਬੁਆਇਲ ਦੀਆਂ ਗੱਲ ਖੜੀਆਂ ਸੀਗੀਆਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਸਿੱਧੂ ਮੂਸੇਵਾਲੇ ਦੇ ਨੂੰ ਇਨਸਾਫ ਦਿਵਾਉਣ ਦੇ ਲਈ। ਧੁੱਪ ਦੇ ਵਿੱਚ ਕਹਿ ਸਕਦੇ ਹਾਂ ਕਿ ਬੱਚੇ ਖੜੇ ਨੇ, ਸਿੱਧੂ ਮੂਸੇਵਾਲੇ ਦੇ ਮਾਂ ਪਿਓ ਨੂੰ ਇਨਸਾਫ ਮਿਲ ਸਕੇ, ਤਾਂ ਕਿ ਬੱਚਿਆਂ ਦਾ ਇਹ ਕਹਿਣਾ ਕਿ ਸਰਕਾਰਾਂ ਨਾਲ ਰਲੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਤਾਂ 3 ਵਜੇ ਬੱਚੇ ਆ ਕੇ ਇੱਥੇ ਖੜ ਜਾਂਦੇ ਨੇ, ਸ਼ਾਮ ਨੂੰ 6 ਤੋਂ 6:30 ਤੱਕ ਇਸ ਤਰ੍ਹਾਂ ਹੀ ਚੌਂਕ ਦੇ ਵਿੱਚ ਟ੍ਰਿਬਿਊਟ ਦਿੰਦੇ ਨੇ ਤਾਂ ਕਿ ਸਿੱਧੂ ਮੂਸੇਵਾਲੇ ਦੇ ਮਾਂ ਪਿਓ ਨੂੰ ਉਸਦੇ ਕਤਲ ਦਾ ਇਨਸਾਫ ਹੈ ਜਿਹੜਾ ਉਹ ਮਿਲ ਸਕੇ। ਹੁਣ ਦੇਖਣਾ ਇਹ ਹੋਵੇਗਾ ਆਉਣ ਵਾਲੀ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੋਏ ਨੂੰ 1 ਸਾਲ ਦੇ ਕਰੀਬ ਹੋ ਜਾਣਾ ਕਿ ਸਿੱਧੂ ਮੂਸੇਵਾਲੇ ਦੇ ਮਾਂ ਪਿਓ ਨੂੰ ਹਜੇ ਵੀ ਉਹਨਾਂ ਦੇ ਬੇਟੇ ਦੇ ਕਤਲ ਦਾ ਇਨਸਾਫ ਮਿਲਦਾ ਹੈ ਜਾਂ ਨਹੀਂ ਮਿਲਦਾ, ਸਰਕਾਰਾਂ ਜਾਗਦੀਆਂ ਨੇ ਜਾਂ ਨਹੀਂ। ਤਾਂ ਵਧੇਰੇ ਅਪਡੇਟ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।